की खाने हो? की खाने हो? ਮੋਟਰਸਾਈਕਲ पधारिये कुर्सियां मेहमाना वास्ते डाहियां सी आ बंदा पहली बैठे उत्ते कॉफी चाह दा पतीला बालता सस्रीकाल पुत्त किवें हो ठीक है सस्रीकाल बने ਸਸਰੀਕਾਲ ਜੀ ਇੱਕ ਜਿਹੜੇ ਸਾਡੇ ਘਰੇ ਹਾਂ ਮਹਾਨ ਨਾ ਇਹ ਮਹਾਨ ਸ਼ਖਸੀਅਤ ਪਹੁੰਚੇ ਨੇ ਕਾਫੀ ਸਾਰੇ ਇਹਨਾਂ ਨੂੰ ਜਾਣਦੇ ਹੋਣਗੇ ਇਹ ਨੇ ਪੱਕੇ ਚੋਰ ਇਹਨੂੰ ਦਾ ਬੂਟਾ ਵੀ ਨਾਲ ਹੀ ਲੈ ਕੇ ਸੁਕਾ ਗਿਆ ਕਿ ਇਹਨੂੰ ਦਾ ਬੂਟਾ ਸਸਰੀਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਧਰ ਮੈਂ ਰੱਖੀ ਹੋਈ ਹੈ ਚਾਹ ਅਤੇ ਕਿਉਂਕਿ ਇਹ ਭੈਣ ਦਾ ਵੀ ਫੋਨ ਆਇਆ ਸੀ ਵੀ ਅਸੀਂ ਆਵਾਂਗੇ ਅਤੇ ਇੱਕ ਪਹਿਲਾਂ ਉਸ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਆਉਣਾ ਗਾ ਕਿਉਂਕਿ ਆਪਣੀ ਮੱਝ ਦੀ ਹਾਲਤ ਹੈ ਜਿਹੜੀ ਕੁਛ ਠੀਕ ਨਹੀਂ ਹੈਗੀ ਜ਼ਿਆਦਾ ਕੁਛ ਸੁਧਾਰ ਨਹੀਂ ਹੈਗਾ ਇਸ ਕਰਕੇ ਜੀ ਫਿਰ ਉਹ ਅਸੀਂ ਅੱਜ ਸੋਚਿਆ ਵੀ ਕਿਸੇ ਹੋਰ ਡਾਕਟਰ ਨੂੰ ਦਿਖਾਇਆ ਜਾਵੇ ਲਓ ਜੀ ਡਾਕਟਰ ਸਾਹਿਬ ਵੀ ਆ ਗਏ ਹਾਂਜੀ ਲਿਆਉਣੀਆਂ ਅਤੇ ਇਸ ਕਰਕੇ ਅਸੀਂ ਸੋਚਿਆ ਸੀ ਵੀ ਹੋਰ ਡਾਕਟਰ ਸਾਹਿਬ ਨੂੰ ਦਿਖਾਈ ਜਾਵੇ ਜੀ ਅਤੇ ਅੱਜ ਵੇਖਦੇ ਹਾਂ ਹੁਣ ਪਹੁੰਚ ਚੁੱਕੇ ਨੇ ਡਾਕਟਰ ਸਾਹਿਬ ਵੀ ਚਲੋ ਆਪਾਂ ਥੋੜ੍ਹੀ ਦੇਰ 'ਚ ਗੱਲ ਕਰਦੇ ਹਾਂ ਤੁਹਾਡੇ ਨਾਲ ਪਹਿਲਾਂ ਚਾਹ ਪਾਣੀ ਫੜਾ ਦਈਏ ਅਤੇ ਆਪਾਂ ਮੱਝ ਦਿਖਾ ਦਈਏ ਦੇਖ ਲੈਣਗੇ ਡਾਕਟਰ ਸਾਹਿਬ ਵੀ ਕੀ ਪ੍ਰੋਬਲਮ ਹੈ ਫਿਰ ਆਪਾਂ ਥੋੜ੍ਹੀ ਦੇਰ 'ਚ ਗੱਲ ਕਰਾਂਗੇ ਜੀ ਲਓ ਜੀ ਇੱਧਰ ਡਾਕਟਰ ਸਾਹਿਬ ਆ ਪਹੁੰਚ ਚੁੱਕੇ ਨੇ ਜਿੰਨਾ ਟਾਈਮ ਦੇ ਵਿੱਚ ਇਹ ਚਾਹ ਪਾਣੀ ਪੀਂਦੇ ਨੇ ਉਨੇ ਟਾਈਮ ਦੇ ਵਿੱਚ ਆਪਾਂ ਉੱਧਰ ਭੈਣ ਵੀਰਾਂ ਨਾਲ ਗੱਲ ਕਰ ਲੈਂਦੇ ਹਾਂਗੇ ਅਤੇ ਫਿਰ ਆਪਾਂ ਸੁਣਦੇ ਹਾਂ ਜੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਇਹਨਾਂ ਦੀ ਗੱਲ ਸੁਣਾਂਗੇ ਠਹਿਰ ਕੇ ਉਨਾ ਟਾਈਮ 'ਚ ਇਹ ਚਾਹ ਪੀ ਪਾਣੀ ਪੀ ਲੈਣਗੇ ਆਪਾਂ ਉੱਧਰ ਬੈਠ ਦਿਆਂਗੇ ਮੱਝ ਬਿਮਾਰ ਹੋ ਗਈ ਨਾ ਸਾਰਾ ਕੰਮ ਰੁੜ ਜੇ ਫਿਰ ਉਹਦਾ ਆ ਕੇ ਲੈ ਜਾਣਾ ਵਾ ਸੁੱਤੂ ਆ ਕੇ ਲਿਜਾਣ ਨਾਲ ਅੱਧਾ ਹੋਰ ਹੈ ਬਾਕੀ ਹੋਰ ਆ ਕੇ ਮੇਰੇ ਕਹਿੰਦੇ ਇੱਕ ਤੋਂ ਲੋਟ ਆਉਂਦੇ ਨੇ ਅੱਧੇ ਕਿਸੇ ਨੂੰ ਦਿੰਦੀ ਅੱਧੇ ਕਿਸੇ ਨੂੰ ਦਿੰਦੀ ਵੰਡ ਵੰਡ ਕੇ ਕੰਮ ਦਿੰਦੀ ਅਜੇ ਤਾਂ ਮੈਨੂੰ ਲਾਈਨਿੰਗ ਦੀ ਵੀ ਲੋੜ ਨਹੀਂ ਕਰੀ ਹਾਂ ਖਾਦੀ ਸਿਲਕ ਤਾਂ ਕਿਹਦਾ ਬਹੁਤ ਸਟਰੋਂਗ ਹੈ ਇਹਨੂੰ ਤਾਂ ਲਾਈਨਿੰਗ ਦੀ ਕੀ ਲੋੜ ਹੈ ਇਹ ਤਾਂ ਨਾਲੇ ਉਹ ਵੀ ਨਹੀਂ ਹੈਗੀ ਇੱਧਰ ਬਹਿ ਜਾ ਕਰ ਤਾਂ ਨਹੀਂ ਹੈਗੀ ਜਿਵੇਂ ਦੇਖੀ ਉਹ ਹੁੰਦੀ ਹੈਗੀ ਸੂਤੀ ਜੀ ਟਾਈਪ ਦੇ ਹੁੰਦੇ ਜਿਵੇਂ ਆਪਾਂ ਲੈ ਕੇ ਆਈਆਂ ਤੇ ਉਦੋਂ ਸੂਤਰੀ ਆਮਨ ਦਾ ਲੈ ਕੇ ਆਈ ਸੀਗੀ ਮੇਰੇ ਨਾਲ ਜਚਦੇ ਹੀ ਨੀ ਕੁਛ ਦੁਕਾਨ ਤੇ ਜਾ ਕੇ ਉਸ ਤੇ ਆ ਕੇ ਦੁਕਾਨ ਆਇਆ ਹੁੰਦਾ ਵੀ ਕੀ ਕਰੀਏ ਐ ਤਾਂ ਹੁਣ ਕੋਈ ਸੂਟ ਵੀ ਨਹੀਂ ਮਿਲਦਾ ਵੀ ਹੈ ਨਾ ਪੂਰਾ ਪਰਫੈਕਟ ਹੈ ਤੇ ਸੋਹਣਾ ਕੱਪੜਾ ਲੱਗਿਆ ਸੋਹਣਾ ਕੰਮ ਕਰਿਆ ਫਿਰ ਕਿੰਨੇ ਭਾਵੇਂ 10,000 ਲਾ ਦੋ ਪਰ ਉਹ ਫਿਰ ਐ ਪਤਾ ਨਹੀਂ ਦੁਪੱਟੇ ਤੇ ਗੱਜ ਪਾ ਦੇਣਾ ਇਹ ਸਾਰਾ ਕੁਛ ਠੀਕ ਆ ਜੂ ਸੂਟ ਦਾ ਦੁਪੱਟੇ ਵੀ ਜੇ ਐ ਸੋਚਦੇ ਨੇ ਵੀ ਇਹ ਠੀਕ ਹੈ ਜਿਹੜਾ ਸੋਚਦੇ ਆਪਾਂ ਵੀ ਇਹ ਰੰਗੇ ਚ ਮਿਲ ਜੇ ਉਹ ਰੰਗ ਨਹੀਂ ਮਿਲਦਾ ਜਿਹੜੇ ਉਹ ਮੋਟਿਆਂ ਦੀ ਕੀਤੀ ਇਸ ਤਰ੍ਹਾਂ ਹੀ ਉਹ ਮੋਟਾ ਦੇਖੀ ਰਹਿ ਗਿਆ ਕੱਲ ਪਾਰਸਲ ਲੱਗ ਗਿਆ ਕੋਈ ਰਹਿ ਗਿਆ ਆ ਰਹਿ ਗਿਆ ਕੱਲ ਮੇਰੇ ਵਾਲਾ ਪਿਆ ਹੋਊਗਾ ਕਹਿੰਦਾ ਦੁਨੀਆਂ ਦੇ ਕੋਟ ਤੋਂ ਆ ਹਾਂ ਉਹ ਕਹਿੰਦੀ ਚਾਹ ਨਹੀਂ
लो जी कपड़ा लीड़ा इन्होंने देख लिया तो असी बैठ के कुछ टाइम गल्लां करियां क्योंकि वीर छड़ के इन्हों चले गए सी बाजार दे विच असी बैठ के काफ़ी टाइम गल्लां कीतियां चाह पानी पी लिया तो हुण ये आ गए नहीं रहिंदे सी चाह बनियो जल्दी उतारना सारी इन्हां नूं ये वापस चले गए सी चाह नहीं पीती सी तो वधिया ने जी साडे पिंड चों ही ने मोह मुहब्बत है प्यार इन्हां नाल पहले दुण इन्हां दे परिवार दे नाल तो जदों भी मैनू टाइम लगता है ना जो मेरा जी करता मैं इन्हां कोल जा आउनी हुंनी आ ये पिंड दे विच रहिंदे ने जो इन्हां कोल टाइम लगता कदे सानू मिल जाते हैं जां कदे बाजार चले जाने इकट्ठे जिथे अपना प्यार हुंदा फिर उत्थे बैठनी उठनी भी अपनी ज्यादा हुंदी हैगी। बाकी कुड़ियां कुड़ियां सहेलियां ने जिवें इन्हां दी बेटी है मनवीर दे हाण दी हैगी इकट्ठियां ने हम उम्र ने यह आपस दे विच सहेलियां ने। चलो जी गल्ली बाती टाइम पास हो जाता है ना दुख सुख सांझा हो जाता है पिंडां दा मिलवरतन हैगा सारे कितें हुंदा जी मिलवरतन कुछ परिवार इस तरह के हुंदे ने जिन्हां दे नाल अपनी ज्यादा सांझ हुंदी है यही साडी भाईचारक सांझ हैगी ये साडा सभ्याचार है। मैनू पता नहीं गा बारे कि बोलता है बंदा मिलना चाहिए हां बारे ज्यादा बोलता है रिपन हेलो रिपन ने घूंड निकाल लिया इनफेक्शन हो गई उन्होंने देख के ते भी जिवें इत्थों इह ना बहुत ज्यादा लिस्सी हो गई मज्ज इन्हूं देख के कहा जी भी नमूनिया जिहड़ा बिगड़िया हुआ हैगा भी इहदे लंग्स ने जिहड़े उन्हां दे उत्ते इनफेक्शन हैगी उन्हां दा हिसाब किताब होगा उन्होंने आने सारी देख लिया भी मज्ज ते जिहड़ी अमूली चीज़ है ना वह वधी पई हैगी जिहड़े डॉक्टर जी पक्के हुंदे ने है ना उन्हां नूं देख के समझ आ जांदी हैगी जिस तरह इहदे अखां ने जिवें भी अखां विच दसी अपने निशान नहीं करदी अखां जिवें यह चीज़ है ना पूरा झालर जा यह भी वध वड्डी हैगी वह अपनी मज्ज दी है नहीं जदों कुछ बीमार हुंदा है वध जांदी हैगी तीन चार दिन हो गए लगातार ना टीके लग दिन मैं हस्पताल लग गई अपना फोरा
चलो जी आप अज्ज दे व्लॉग दा एंड इत्थे करदे आ। मैनूं पूरी उम्मीद है वी तुहानूं व्लॉग वधिया लग्या होणा। जे व्लॉग वधिया लग्या प्लीज़ लाइक शेयर कमेंट करना बिल्कुल ना भुलना। जे चैनल ते नवे हो तां सबसक्राइब जरूर करियो। मिलदे आ जी फिर नैक्सट व्लॉग दे नाल। तद तक दे लई सति श्री अकाल। मेरा वसदा रहे पंजाब। खुश रहो, आबाद रहो, हसदे रहो, वसदे रहो।